ਪਾਇਲ ਦੀ ਇਹ ਕਿਹੜਾ ਹੀਰਾ ਮੰਡੀ ਦਾ ਮਹਿਲ ਆ ਵੀ ਇਹ ਤਾਂ ਪਾਇਲ ਦੀ ਆਵਾਜ਼ ਆਉਂਦੀ ਹੈ ਇਹ ਤਾਂ ਉਮਰ ਹਯਾਤ ਮਹਿਲ ਸੀ ਸ਼ੇਖ ਸੀ ਅਤੇ ਉਹ ਕਾਰੋਬਾਰੀ ਆਦਮੀ ਦੀ ਇਹ ਉਮਰ ਹਯਾਤ ਸਾਹਿਬ ਹਯਾਤ ਨੇ ਜੀ ਜੀ ਉਹ ਤਾਂ ਦੁਨੀਆ ਤੋਂ ਚਲੇ ਗਏ ਆ ਆਹ ਵਾਹ ਹਯਾਤ ਛੱਡ ਗਏ ਨੇ ਇੱਥੇ ਇੰਨੀ ਡਿਜ਼ਾਈਨਿੰਗ ਚੇਂਜ ਕੀਤੀ ਆ ਬੰਦਾ ਵੀ ਚੇਂਜ ਕਰੋ ਇਹਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਪਤਾ ਭਾਈ ਮੈਂ ਤੁਹਾਨੂੰ ਦੱਸਦਾ ਵੀ ਉਮਰ ਹਯਾਤ ਨਾ ਨਹੀਂ ਤਾਂ ਟੀਵੀ ਵੀ ਉਮਰ ਹਯਾਤ ਸਾਹਿਬ ਦਾ ਉਹ ਭਾਈ ਇਹ ਤਾਂ 1990 'ਚ ਰੱਖਿਆ ਵਾ ਉਹ ਥੱਲੇ ਜਿਹੜਾ VCR ਤੇ ਪੈਨਾਸੋਨਿਕ ਦਾ ਨਹੀਂ ਇੱਥੇ ਬੜੇ ਬੜੇ ਗੋਰੇ ਆਉਂਦੇ ਆ ਇਹਨਾਂ ਦੀ ਤਹਿਕੀਕਾਤ ਕਰਨ ਮੈਂ ਵੀ ਗੋਰਾ ਹੀ ਆ ਮੈਂ ਮਸਲਨ ਕੀ ਮੈਂ ਤਾਂ ਗੋਰਾ ਹੀ ਆ ਲੇਕਿਨ ਹੋਰ ਅੱਗੇ ਚੱਲੋ ਹਾਂਜੀ ਤੇ ਅੱਜ ਅਸੀਂ ਨਵੀਂ ਵੀਡੀਓ ਕਰਨ ਜਾ ਰਹੇ ਹਾਂ ਗੋਗਾ ਮੇਰਾ ਇੰਤਜ਼ਾਰ ਕਰ ਰਿਹਾ ਹੈ ਲੇਕਿਨ ਉਸ ਤੋਂ ਪਹਿਲੇ ਜਿਹੜੇ ਲੋਕ ਕਹਿੰਦੇ ਕਿ ਸਾਡੇ ਚਿਹਰੇ ਦੇ ਉੱਤੇ ਫਰੈਸ਼ਨੈਸ ਜ਼ਿਆਦਾ ਨਹੀਂ ਆਉਂਦੀ ਤੇ ਉਹਦੇ ਵਾਸਤੇ ਚਿਲਤਨ ਪਿਓਰ ਵਾਲਿਆਂ ਦਾ ਓਨੀਅਨ ਆਇਲ ਹੈ ਇਹਨੂੰ ਤੁਸੀਂ ਚਿਹਰੇ ਤੇ ਲਾਓਗੇ ਤੁਹਾਡੀ ਫਰੈਸ਼ਨੈਸ ਵੀ ਠੀਕ ਹੋ ਜਾਏਗੀ ਔਰ ਦਾਣੇ ਦੁਣੇ ਵੀ ਖਤਮ ਹੋ ਜਾਣਗੇ ਓਨੀਅਨ ਆਇਲ ਹੈਗਾ ਇਹ ਚਿਲਤਨ ਪਿਓਰ ਵਾਲਿਆਂ ਦਾ ਇਹ ਜ਼ਰੂਰ ਤੁਸੀਂ ਲਵੋ ਇਹ ਬਿਲਕੁਲ ਹਰਬਲ ਹੈਗਾ ਇਹਦੇ 'ਚ ਕੋਈ ਸਟੀਰਾਈਡ ਕੋਈ ਐਸੀ ਚੀਜ਼ ਨਹੀਂ ਹੈਗੀ ਇਹ ਪਿਓਰ ਓਨੀਅਨ ਹੈਗਾ ਤੇ ਹੁਣ ਚੱਲਦੇ ਅਸੀਂ ਵੀਡੀਓ ਤੇ ਆਓ ਦੇਖਦੇ ਹਾਂ ਕੀ ਹੈ ਅੱਖ ਨਾ ਕੋਈ ਚਪਕਾਵੇ ਮੋਬਾਈਲ ਨੂੰ ਪੜਥੂ ਪਾਵੇ ਇਹਨੂੰ ਹਰ ਵੇਲੇ ਵੇਖੀ ਜਾਵੇ ਲਬੇਲਾ ਟੀਵੀ ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ ਸਾਰੀ ਦੁਨੀਆ ਗਈ ਇਹਨੂੰ ਮਾਨੇ ਇਹ ਚੈਨਲ ਨੰਬਰ 1 ਲਬੇਲਾ ਟੀਵੀ ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ ਓਹੋ ਲਬੇਲਾ ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ ਓਹੋ ਲਬੇਲਾ ਹੋਏ ਤੇ ਜੁਗਤਾਂ ਦੀ ਬਣ ਦਿੱਕਤਾਂ ਹੋਏ ਤੇ ਵਿਕਿਆਂ ਦਾ ਨਹੀਂ ਕਾਰੋਬਾਰ ਹੋਏ ਨੂੰ ਵੇਖਦੇ ਸਮੁੰਦਰੋਂ ਵੇਖੋ ਜੀ ਵੇਖੋ ਜੀ ਵੇਖੋ ਜੀ ਅਲਬੇਲਾ ਟੀਵੀ ਅਲਬੇਲਾ ਟੀਵੀ ਵੇਖੋ ਜੀ ਵੇਖੋ ਜੀ ਵੇਖੋ ਜੀ ਦੇਈ ਜੀ ਬੜਾ ਅੱਛਾ ਮਾਸ਼ਾਅੱਲਾ ਜੀ ਕਿਆ ਕਹਿੰਦੇ ਅਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ ਜੀ ਵੈਲਕਮ ਟੂ ਉਮਰ ਹਯਾਤ ਮਹਿਲ ਜੀ ਮਿਹਰਬਾਨੀ ਜੀ ਤੁਸੀਂ ਇੱਥੇ ਕੀ ਅਸੀਂ ਵੀ ਵਿਜ਼ਟਰ ਹਾਂ ਜੀ ਲੋਕਾਂ ਨੂੰ ਦਿਖਾਉਂਦੇ ਹਾਂ ਵੀ ਇਹ ਕਦੋਂ ਦਾ ਬਣਿਆ ਕੀ ਇਹਦੇ ਹਾਲਾਤ ਆ ਕੀ ਗਾਈਡ ਹੋ ਤੁਸੀਂ ਹਾਂਜੀ ਗਾਈਡ ਹੈ ਇਹਦੇ ਗਾਈਡ ਮੈਂ ਕਹਿ ਸੀ ਨਾ ਗਾਈਡ ਆ ਤੂੰ ਉਥੋਂ ਕਹਿੰਦੀ ਗਾਰਡ ਆ ਨੇੜੇ ਆ ਕੇ ਪਤਾ ਲੱਗਾ ਵੀ ਗਾਈਡ ਹੀ ਹੈ ਜੀ ਅਸਿਸਟੈਂਟ ਗਾਰਡ ਆ ਵੈਸੇ ਮੇਰੇ ਤੋਂ ਮੋਸਟ ਸੀਨੀਅਰ ਵੀ ਉਰੇ ਕੰਮ ਕਰਦੇ ਹੈਗੇ ਅੱਛਾ ਜੀ ਹਾਂ ਉਹ ਮੇਰੇ ਚਰਿਓੜ ਬੜਾ ਖੂਬਸੂਰਤ ਸ਼ਹਿਰ ਆ ਜੀ ਅਸੀਂ ਸਾਰਾ ਫਿਰ ਕੇ ਆਏ ਹਾਂ ਚੋਟੀ ਇੱਟ ਦਾ ਕੰਮ ਹੋਇਆ ਬਰੀਕ ਬਰੀਕ ਗਲੀਆਂ ਮੈਂ ਕਹਿੰਦਾ ਜੀ ਬੰਦਾ ਤਾਂ ਪਿੱਛੇ ਚਲਾ ਜਾਂਦਾ ਜਿਸ ਤਰ੍ਹਾਂ ਮਤਲਬ ਬਹੁਤ ਵਧੀਆ ਥੋੜ੍ਹੇ ਜਿਹੇ ਪਿੱਛੇ ਹੋ ਜਾਓ ਤੁਸੀਂ ਵੀ ਬਹੁਤ ਵਧੀਆ ਸ਼ਹਿਰ ਆ ਜੀ ਇਹ ਤਾਂ ਤੁਸੀਂ ਦੇਖੋ ਵੀ ਛੋਟੀਆਂ ਛੋਟੀਆਂ ਗਲੀਆਂ ਵਾ ਚਨਿਓਟੀ ਸ਼ੇਖ ਬਹੁਤ ਮਸ਼ਹੂਰ ਨੇ ਜੀ ਪੂਰੀ ਦੁਨੀਆ ਦੇ ਉੱਤੇ ਹਾਂ ਜੀ ਫਰਨੀਚਰ ਇੱਥੇ ਦੀ ਹਰ ਚੀਜ਼ ਮਸ਼ਹੂਰ ਆ ਫਰਨੀਚਰ ਇੱਥੇ ਦੁਨੀਆ 'ਚ ਜਾਂਦਾ ਅੱਲਾ ਦੇ ਤਲੂਣੇ ਵਾਲਾ ਨਾਸਰ ਚਨਿਓਟੀ ਨਾਸਰ ਚਨਿਓਟੀ ਸਾਹਿਬ ਇਹ ਜੀ ਸੁੱਖ ਸਾਈਂ ਦਾ ਦਰਬਾਰ ਆ ਉਰੇ ਹਾਂ ਜੀ ਹਾਂ ਜੀ ਫਿਰ ਸਰਕਾਰ ਉਹਦਾ ਜੀ ਆਪਣਾ ਬੂ ਅਲੀ ਕਲੰਦਰ ਸਰਕਾਰ ਹਾਂ ਜੀ ਉਹ ਵੀ ਉਹਨਾਂ ਦੀ ਵੀ ਚਿਲਾਗਾ ਇੱਥੇ ਆ ਮਰਕਾ ਜੀ ਤੁਹਾਡੇ ਨਸੀਬ ਚੰਗੇ ਆ ਕਿ ਤੁਸੀਂ ਉਰੇ ਆਏ ਹੋ ਅੱਛਾ ਜੀ ਹਾਂ ਜੀ ਮੈਂ ਕਹਿੰਦਾ ਜੀ ਕੋਈ ਚਿੰਚੀ ਕੋ ਟਰਾਲੀ ਤੁਸੀਂ ਇਹ ਨਹੀਂ ਦੇਖੋਗੇ ਵੀ ਜਿੱਥੇ ਲੂਣੇ ਵਾਲੇ ਦਾ ਗਾਣਾ ਨਾ ਲੱਗਾ ਹੋਵੇ ਜੀ ਉਹਨਾਂ ਨੇ ਬਹੁਤ ਵਧੀਆ ਗਾਇਆ ਜੀ ਮੇਰਾ ਸ਼ਹਿਰ ਚਨਿਓਟ ਜ਼ਿਲ੍ਹਾ ਜੰਗ ਜ਼ਿਲ੍ਹਾ ਜੰਗ ਸੱਜਣਾ ਹੁਣ ਤੇ ਜ਼ਿਲ੍ਹਾ ਚਨਿਓਟ ਹੋ ਗਿਆ ਨਾ ਉਦੋਂ ਨਹੀਂ ਸੀ ਹੈਗਾ ਜੀ ਜਦ ਦਾ ਗਾਣਾ ਉਹਨਾਂ ਨੇ ਗਾਇਆ ਸੀ ਨਾ ਉਹ ਗਾਣਾ ਉਹਨੇ ਦੋਨਾਂ ਦਾ ਪਾ ਲਿਆ ਨਾ ਦੋਨਾਂ ਲੱਗ ਗਿਆ ਚਨਿਓਟ ਦਾ ਵੀ ਜੰਗ ਨਾ ਚਨਿਓਟ ਤੇ ਉਹ ਲੂਣੇ ਵਾਲਾ ਉਹਨਾਂ ਦਾ ਪਿੰਡ ਸੀ ਹਾਂਜੀ ਲੂਣੇ ਵਾਲਾ ਉਹਨਾਂ ਦਾ ਪਿੰਡ ਸੀ ਤੇ ਤੁਸੀਂ ਕੁਝ ਸਾਨੂੰ ਦੱਸੋਗੇ ਮਾਲੂਮਾਤ ਥੋੜੀ ਜਿਹੀ ਦੇਖੋ ਜੀ ਇਹ ਸਾਡੀ ਡਿਊਟੀ ਇਹੀ ਆ ਅਸੀਂ ਮੁਲਾਜ਼ਮਤ ਕਰਦੇ ਆ ਅੱਛਾ ਜੀ ਤੇ ਅਸੀਂ ਗਾਈਡ ਕਰਨਾ ਵਾ ਵੀ ਇਹਦੀ ਹਿਸਟਰੀ ਦੱਸਣੀ ਆ ਹਾਂਜੀ ਵੀ ਕਾਦੇ ਇਹ ਬਣਿਆ ਕੀ ਇਹਦੇ 'ਚ ਹੋਇਆ ਅੱਛਾ ਮਹੱਲ ਹੈ ਜੀ ਬਹੁਤ ਵਧੀਆ ਇਹ ਉੱਤੋਂ ਜਲ ਗਿਆ ਸਾਰਾ ਜਾਂ ਕੀ ਆ ਜਾਂ ਤੁਸੀਂ ਉੱਤੇ ਗਏ ਹੋ ਕੀ ਮਸਲਾ ਨਹੀਂ ਨਹੀਂ ਇਹ ਨਹੀਂ ਗੱਲ ਬਾਹਰੋਂ ਮੈਂ ਦੇਖਿਆ ਨਾ ਵੀ ਥੱਲੇ ਠੀਕ ਆ ਲੇਕਿਨ ਉਤਲਾ ਜਿਹੜਾ ਥੋੜ੍ਹਾ ਜਿਹਾ ਕੰਮ ਖਰਾਬ ਖਸਤਾ ਹੋਇਆ ਤੁਸੀਂ ਉੱਤੇ ਨਾ ਦੇਖੋ ਕਿਉਂ ਤੁਸੀਂ ਕਾਹਦੇ ਦੇਖਦੇ ਹੋ ਕਿ ਤੁਸੀਂ ਥੱਲੇ ਦੇਖ ਲਓ ਜਿਹੜੀਆਂ ਸਹੀ ਸ਼ੈਵਾਂ ਖਸਤਾ ਹੋਇਆ ਨਾ ਇਹ ਉੱਤੇ ਲੱਗਦਾ ਬਹਿ ਕੇ ਸਿਗਰਟ ਸੁਗਰਟ ਪੀਂਦਾ ਉਸਤਾਦ ਜੀ ਕਿਤੇ ਇਹ ਤਾਂ ਨਹੀਂ ਕਰਦੇ ਤੁਸੀਂ ਨਹੀਂ ਖਸਤਾ ਨਹੀਂ ਹੋਇਆ ਇਹ ਬਹੁਤ ਪੁਰਾਣਾ ਮਹਿਲ ਹੈ ਪੁਰਾਣਾ ਜੋ ਹੋਇਆ ਫਿਰ ਉਹਦੀ ਵਜ੍ਹਾ ਨਾਲ ਤੁਹਾਨੂੰ ਪਤਾ ਵਾ ਵੀ ਇਹਦੀ ਦੇਖਭਾਲ ਫਿਰ ਉਸ ਤਰ੍ਹਾਂ ਦਾ ਹੋ ਨਹੀਂ ਰਹੀ ਜਿੱਦਾਂ ਹੋਣੀ ਚਾਹੀਦੀ ਸੀ ਅੰਦਰ ਚੱਲੀਏ ਅੰਦਰ ਹਾਂਜੀ ਆ ਜਾਓ ਵੈਲਕਮ ਜੀ ਆ ਜਾਓ ਆ ਜਾਓ
ਤੁਹਾਨੂੰ ਵਿਜਿਟ ਕਰਾਉਨੇ ਆ ਅਸੀਂ ਆਓ ਤਾਂ ਆਓ ਜੀ ਅਸੀਂ ਤੁਹਾਨੂੰ ਦੇਖ ਕੇ ਵਾਪਸ ਚੱਲੇ ਸੀ ਪਤਾ ਨਹੀਂ ਇਹੀ ਕੁਝ ਇੱਥੇ ਇਦਾਂ ਕਈ ਲੋਕ ਆਏ ਜੀ ਸਾਨੂੰ ਦੇਖ ਕੇ ਵਾਪਸ ਚਲੇ ਗਏ ਨਾ ਸੁਰ ਸਵਾਰ ਨਾ ਫੋਨ ਕਰਦੇ ਆ ਵੀ ਕੀ ਗੱਲ ਬਾਤ ਬਹੁਤ ਵਧੀਆ ਦੇਖੋ ਜੀ ਮਹੱਲ ਬਣਿਆ ਹੈ ਨਹੀਂ ਜੀ ਮੁਕੰਮਲ ਤੇ ਇਹਦੀ ਕੋਈ ਹਿਸਟਰੀ ਦੇ ਬਾਰੇ ਤੁਹਾਨੂੰ ਕੋ ਥੋੜਾ ਬਹੁਤਾ ਪਤਾ ਜੀ ਦੇਖੋ ਜੀ ਮੈਂ ਦੱਸਣ ਨੂੰ ਮੈਂ ਵੀ ਦੱਸ ਸਕਦਾ ਲੇਕਿਨ ਨਾ ਮੇਰੇ ਦੱਸੋ ਤੁਸੀਂ ਕਿਹੜਾ ਥੱਥੇ ਹੋ ਦੱਸੋ ਦੱਸੋ ਤੁਸੀਂ ਕਿਹੜਾ ਗੁੰਗੇ ਹੋ ਵੀ ਇਸ਼ਾਰਿਆਂ ਨਾਲ ਦੱਸਣਾ ਸਾਨੂੰ ਆਹੋ ਤੁਸੀਂ ਇੱਥੇ ਮਤਲਬ ਮੁਲਾਜ਼ਮ ਹੋ ਕੋ ਸੈਲਰੀ ਬੇਸ ਤੇ ਆ ਜਾਂ ਹਾਂ ਮੈਂ ਜਾਂ ਗੇਮ ਬੇਸ ਤੇ ਕਿਹੜੇ ਬੇਸ ਤੇ ਹੋ ਤੁਸੀਂ ਮੈਂ ਅਸਿਸਟੈਂਟ ਨਾ ਮੈਂ ਅਸਿਸਟੈਂਟ ਗਾਈਡ ਗਾਈਡ ਆ ਇੱਥੇ ਅੱਛਾ ਗਾਈਡ ਤੇ ਮੈਂ ਇੱਥੇ ਦੱਸਦਾ ਵਾਂ ਲੇਕਿਨ ਮੇਰੇ ਤੋਂ ਮੋਸਟ ਸੀਨੀਅਰ ਵੀ ਉਰੇ ਕੰਮ ਕਰਦੇ ਹੈਗੇ ਆ ਉਮਰ ਹਯਾਤ ਸਾਹਿਬ ਦੀ ਕੋਈ ਹਿਸਟਰੀ ਸਾਨੂੰ ਦੱਸੋ ਥੋੜ੍ਹੀ ਜਿਹੀ ਉਹ ਮੈਂ ਨਹੀਂ ਦੱਸ ਸਕਦਾ ਕਿਉਂਕਿ ਮੈਨੂੰ ਨਾ ਆਰਡਰ ਨਹੀਂ ਮੈਂ ਵੀ ਦੱਸੂੰਗਾ ਲੇਕਿਨ ਇੱਦਾਂ ਮੇਰੇ ਸੀਨੀਅਰ ਹੈ ਨਾ ਉਹ ਫਿਰ ਨਾਰਾਜ਼ ਹੁੰਦੇ ਆ ਵੀ ਤੂੰ ਬਹੁਤ ਬਹੁਤਾ ਨਹੀਂ ਜਿੰਨਾ ਕੁ ਤੁਹਾਨੂੰ ਪਤਾ ਨਾ ਤੁਸੀਂ ਤਾਂ ਦੱਸੋ ਮੈਨੂੰ ਇਹ ਆਪਣੇ ਬਾਰੇ ਦੱਸ ਦਿਓ ਚਲੋ ਮੈਨੂੰ ਇਹ ਪਤਾ ਵਾ ਵੀ ਤੁਸੀਂ ਨਾ ਵਾਵਾ ਖੱਜਲ ਹੋ ਕੇ ਆਏ ਹੋ ਕਿਤੇ ਨਾ ਗਲੀਆਂ 'ਚ ਫਿਰਦੇ ਫਿਰਦੇ ਨਹੀਂ ਮੈਂ ਇੱਕ ਆਰਟਿਸਟ ਹਾਂ ਮੈਂ ਮਤਲਬ ਜਿੰਨੀ ਵੀ ਆਪਣੇ ਪਾਕਿਸਤਾਨ ਦੀ ਹਿਸਟਰੀ ਹੈ ਨਾ ਤਾਰੀਖੀ ਇਮਾਰਤ ਨੇ ਮੈਂ ਉੱਥੇ ਜਾ ਕੇ ਉਹਨਾਂ ਦੀ ਹਿਸਟਰੀ ਬਣਾਉਣਾ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਪਾਕਿਸਤਾਨ ਕਿੱਡਾ ਖੂਬਸੂਰਤ ਆ ਨਹੀਂ ਹਿਸਟਰੀ ਮੈਂ ਇੱਥੋਂ ਦੇ ਕਿਹੜੇ ਕਿਹੜੇ ਲੋਕ ਇੱਥੇ ਮਤਲਬ ਹਿਸਟਰੀ ਮੈਂ ਹਿਸਟਰੀ ਥੋੜ੍ਹਾ ਜਿਹਾ ਵੀ ਨਹੀਂ ਪਤਾ ਕਾਹਦੀ ਤਨਖਾਹ ਲੈਂਦੇ ਤੁਸੀਂ ਹਿਸਟਰੀ ਲਿਖਦੇ ਤਾਂ ਸੁਣੇ ਹੋ ਮੈਂ ਤੂੰ ਪਹਿਲਾ ਬੰਦਾ ਵਾਂ ਜਿਹੜਾ ਹਿਸਟਰੀ ਬਣਾਉਣਾ ਵਾ ਰਾਜ ਗਿਣਤੀਆਂ ਲੈ ਕੇ ਉਹਨਾਂ ਰਾਜ ਕੋਈ ਕੈਂਡੀ ਨਾ ਬਣਾਉਣਾ ਵਾ ਡਾਕੂਮੈਂਟਰੀ ਆ ਨਾ ਹੁਣ ਦੌਰ ਚੇਂਜ ਹੋ ਗਿਆ ਕੈਮਰੇ ਦਾ ਦੌਰ ਆ ਗਿਆ ਨਹੀਂ ਹਾਂ ਤਾਂ ਉਦੋਂ ਕਲਮ ਦਾ ਦੌਰ ਸੀ ਇਹ ਤਾਂ ਮੰਨਣ ਵਾਲੀ ਗੱਲ ਆ ਹੁਣ ਕੰਪਿਊਟਰ ਦੌਰ ਆ ਵੀ ਇੱਥੇ ਨਾ ਲੋਕ ਮਿਸਯੂਜ਼ ਬਹੁਤ ਕਰਦੇ ਆ ਸਾਨੂੰ ਆ ਕੇ ਨਾ ਅੱਛਾ ਵੀ ਹੈ ਬਣਾ ਬਣੂ ਕੇ ਅੱਛਾ ਕਹਿੰਦੇ ਇਹਦੇ 'ਚ ਇੱਕ ਚੜੇਲ ਚੜੂਲ ਦਾ ਸਾਇਆ ਵੀ ਸੀਗਾ ਉਹਨਾਂ 'ਚੋਂ ਤਾਂ ਨਹੀਂ ਹੈ ਕੋਈ ਕਿ ਪਾਇਲ ਦੀ ਆਵਾਜ਼ ਆਉਂਦੀ ਸੀ ਛਨ ਛਨ ਅਤੇ ਪਾਇਲ ਦੀ ਇਹ ਕਿਹੜਾ ਹੀਰਾ ਮੰਡੀ ਦਾ ਮਹਿਲ ਆ ਵੀ ਇੱਥੇ ਪਾਇਲ ਦੀ ਆਵਾਜ਼ ਆਉਂਦੀ ਹੈ ਇਹ ਤਾਂ ਉਮਰ ਹਯਾਤ ਮਹਿਲ ਸੀ ਸ਼ੇਖ ਸੀ ਅਤੇ ਉਹ ਕਾਰੋਬਾਰੀ ਆਦਮੀ ਦੀ ਇਹ ਉਮਰ ਹਯਾਤ ਸਾਹਿਬ ਹਯਾਤ ਨੇ ਜੀ ਨਹੀਂ ਜੀ ਉਹ ਤਾਂ ਦੁਨੀਆ ਤੋਂ ਚਲੇ ਗਏ ਆ ਵਾਹ ਹਯਾਤ ਛੱਡ ਗਏ ਨੇ ਇੱਥੇ ਦੇਖੋ ਜੀ ਮੇਰੇ ਤੋਂ ਸੀਨੀਅਰ ਮੋਸਟ ਹੈਗੇ ਨੇ ਉਹ ਗਾਈਡ ਤੁਹਾਨੂੰ ਕਰਨਗੇ ਤੁਹਾਨੂੰ ਮੇਨ ਚੀਜ਼ਾਂ ਉਹ ਦੱਸਣਗੇ ਫਿਰ ਮੈਂ ਤੁਹਾਨੂੰ ਵਿਜਿਟ ਮੈਂ ਕਰਾਊਂਗਾ ਅੱਛਾ ਜੀ ਤੇ ਤੋਂ ਵੀ ਸੀਨੀਅਰ ਆ ਹਾਂ ਮੇਰੇ ਤੋਂ ਵੀ ਸੀਨੀਅਰ ਹੈ ਸਿਰੋਂ ਪੈਰੋਂ ਤਾਂ ਇਹੀ ਸਾਰਿਆਂ ਨੂੰ ਸੀਨੀਅਰ ਲੱਗਣ ਡੇ ਨਹੀਂ ਹੋ ਸਕਦਾ ਵੀ ਉਹ ਮਤਲਬ ਹੋ ਸਕਦਾ ਬੁਲਾਓ ਜੀ ਉਹਨਾਂ ਇਹ ਰੈਂਕਿੰਗ ਹੁੰਦੀ ਹੈ ਨਾ ਸਾਡੇ ਸਕੇਲ ਵਾਈਜ਼ ਉਹ ਸੀਨੀਅਰ ਆ ਅੱਛਾ ਉਹਨਾਂ ਮੁਸ਼ਤਾਕ ਸਾਹਿਬ ਆਇਓ ਜੀ ਜਰਾ ਉਰੇ ਜੀ ਅਸਲਾਮ ਵਾਲੇਕੁਮ ਜੀ ਮੁਸ਼ਤਾਕ ਸਾਹਿਬ ਦੇਖੋ ਨਾ ਮਕੂਲ ਬੰਦਾ ਆਇਆ ਕਿ ਤੁਸੀਂ ਇਸ ਮਹੱਲ ਦੀ ਥੋੜ੍ਹੀ ਜਿਹੀ ਸਾਨੂੰ ਹਿਸਟਰੀ ਦੱਸੋ ਇਹ ਬਹੁਤ ਪੁਰਾਣੇ ਲੱਗਦੇ ਇਸ ਮਹੱਲ 'ਚ ਨਹੀਂ ਨਵੇਂ ਤਾਂ ਤੁਸੀਂ ਵੀ ਨਹੀਂ ਲੱਗਣ ਡੇ ਸਾਨੂੰ ਤੁਸੀਂ ਮਾਈਕ ਉਹਨਾਂ ਨੂੰ ਲਾ ਦਿਓ ਤਾਂ ਕਿ ਉਹ ਜਿਹੜੀ ਮੈਂ ਨਹੀਂ ਮੈਂ ਗੱਲ ਬਾਅਦ 'ਚ ਤੁਸੀਂ ਲਾ ਲੈਣਾ ਮੈਂ ਉਹੀ ਕਰ ਦਿੰਦਾ ਇਹਨਾਂ ਨੂੰ ਨਾ ਚਲੋ ਜੀ ਇਹਨਾਂ ਨੂੰ ਸਿਖਾਲਾ ਹੋ ਜਿਹੜਾ ਲਓ ਜੀ ਇਹ ਚਨਿਓਟ ਸ਼ਹਿਰ ਜਿਹੜਾ ਹੈ ਤਾਰੀਖੀ ਲਿਹਾਜ਼ ਨਾਲ ਇੱਕ ਪਾਕਿਸਤਾਨ ਦਾ ਛੋਟਾ ਜਿਹਾ ਲਖਨਊ ਹੈ ਬਿਲਕੁਲ ਇਹ ਸ਼ਹਿਰ ਦੇ ਅਸਲ ਨਵਾਬ ਨੇ ਚਨਿਓਟ ਦੇ ਸ਼ੇਖ ਤੁਸੀਂ ਉਮਰ ਹਯਾਤ ਮਹਿਲ ਆਇਓ ਸ਼ਾਹੀ ਮਸਜਿਦ ਜਾਓਗੇ ਸ਼ੀਸ਼ ਮਹਿਲ ਜਾ ਦੇਖੋਗੇ ਜਾਂ ਵਿਜ਼ਿਟ ਕਰ ਆਇਓਗੇ ਇਹ ਚਨਿਓਟ ਦੇ ਪੁਰਾਣੇ ਮਹਿਲਾਂ ਦੀਆਂ ਪੁਰਾਣੀਆਂ ਗਲੀਆਂ ਵਿੱਚ ਜਾਓ ਅਤੇ ਪੁਰਾਣੇ ਮਕਾਨ ਮਹਿਲ ਹੀ ਨੇ ਇਸ ਸ਼ਹਿਰ ਵਿੱਚ ਇੱਕ ਮਹੱਲਾ ਕਲਕੱਤੀ ਵੇ ਉਹਦੇ ਸਾਰੇ ਰਹਿਣ ਵਾਲੇ ਚਨਿਓਟੀ ਸ਼ੇਖ ਕਲਕੱਤਾ ਵੇ ਬਿਜ਼ਨਸ ਕਰਦੇ ਸਨ ਉਦੋਂ ਗੋਰੇ ਦੀ ਹਕੂਮਤ ਆਈ 2 ਰੁਪਏ ਟ੍ਰੇਨ ਦਾ ਕਿਰਾਇਆ ਹੁੰਦਾ ਸੀ ਇੱਥੋਂ ਕਲਕੱਤਾ ਜਾਣ ਨੂੰ ਉਸ ਦੌਰ ਦੀ ਗੱਲ ਹੈ ਸੋ ਉਮਰ ਹਯਾਤ ਵੀ ਉਹ ਹੀ ਸੀ ਜਿਹਦਾ ਖਾਨਦਾਨੀ ਸ਼ਹਿਰ ਚਨਿਓਟ ਆਈ ਅਤੇ ਬਿਜ਼ਨਸ ਕਲਕੱਤਾ ਵਿੱਚ ਆਈ ਕਲਕੱਤਾ ਤੋਂ ਕਮਾਈ ਦੌਲਤ ਦੇ ਨਾਲ ਉਸਨੇ ਇਸ 14 ਮਰਲੇ ਅਤੇ 4 ਲੱਖ ਰੁਪਏ ਦੇ ਨਾਲ 1921-30 ਤੱਕ 5 ਮੰਜ਼ਿਲਾ ਮਹਿਲ ਬਣਵਾਇਆ ਬਹੁਤ ਅੱਛਾ ਲੇਕਿਨ ਉਹਨੂੰ ਖੁਸ਼ੀਆਂ ਰਾਸ ਨਹੀਂ ਆਈਆਂ ਆਖਿਆ ਜਾਂਦਾ ਕਿ ਮਹਿਲ ਬਣਵਾਉਂਦੇ ਫੌਤ ਹੋ ਗਿਆ ਦੂਜੀ ਰਵਾਇਤ ਹੈ ਕਿ 5 ਸਾਲ ਰਹੇ ਸੋ ਇੱਥੇ ਨੇੜੇ ਕਬਰਸਤਾਨ ਵਿੱਚ ਉੱਥੇ ਦਫ਼ਨ ਨੇ ਇਹਦੇ ਨਾਲ ਦੁੱਖ ਭਰਿਆ ਮਾਮਲਾ ਇਹ ਹੋਇਆ ਕਿ ਉਹਨਾਂ ਦਾ ਬੇਟਾ ਆਈ ਉਹਨਾਂ ਦੀ ਇੱਥੇ ਧੂਮਧਾਮ ਨਾਲ ਸ਼ਾਦੀ ਕੀਤੀ ਗਈ ਅਤੇ ਇਹ ਸ਼ਾਦੀ ਦੇ ਅਗਲੇ ਦਿਨ ਵਲੀਮੇ ਵਾਲੇ ਦਿਨ ਉਹ ਬਾਥਰੂਮ ਵਿੱਚ ਨਹਾਉਣ ਨੂੰ ਗਏ ਉੱਥੇ ਕਿਧਰੇ ਕੋਲੇ ਦੀ ਅੰਗੀਠੀ ਚਲਾ ਰੱਖੀ ਸੀ ਉਹ ਗੈਸ ਬਾਥਰੂਮ ਵਿੱਚ ਫੈਲੀ ਅਤੇ ਉਹਦੇ ਜ਼ਹਿਰੀਲੇ ਅਸਰ ਨਾਲ ਉਹਨਾਂ ਦੀ ਦਮ ਘੁੱਟਣ ਨਾਲ ਮੌਤ ਵਾ ਗਿਆ ਹਾਂਜੀ ਅਤੇ ਮੁਸ਼ਤਾਕ ਸਾਹਿਬ ਇਹ ਵੀ ਗੱਲ ਇਹ ਕਹਿੰਦੇ ਆ ਵੀ ਉਹ ਤੋਂ ਬਾਅਦ ਜਦ ਮੁੰਡੇ ਦੀ ਡੈਥ ਹੋ ਗਈ ਨਾ ਅਤੇ ਉਹ ਤੋਂ ਬਾਅਦ ਫਿਰ ਮਨਹੂਸ ਕਰਾਰ ਦੇ ਦਿੱਤਾ ਇਹਨੂੰ ਜ਼ਾਹਰ ਆ ਜਿੱਥੇ ਤੂੰ ਫਿਰੇਗਾ ਉਹ ਮਹਿਲ ਮਨਹੂਸ ਹੀ ਹੋਣਾ ਤੂੰ ਆਪ ਬੜਾ ਮਨਹੂਸ ਨੈਸ਼ ਬਲਕਿ ਨੈਸ਼ ਇਹ ਤੁਹਾਡੇ ਤੋਂ ਜੂਨੀਅਰ ਹੈ ਜੀ ਇੱਥੇ ਹਾਂਜੀ ਇਹ ਨਵੇਂ ਆਏ ਨੇ ਸਿੱਖਦੇ ਆ ਦੇਰ ਲੱਗੇਗੀ ਦੇਖੋ ਉਹਨਾਂ ਨੂੰ ਹਿਸਟਰੀ ਉਹਨਾਂ ਨੂੰ ਸਾਰੀ ਯਾਦ ਆ 1 ਮਿੰਟ 'ਚ ਦੱਸਤੀ ਉਹਨਾਂ ਨੇ ਅੱਛਾ ਜੀ ਫਿਰ ਫੌਤਗੀ ਤੋਂ ਬਾਅਦ ਹਾਂਜੀ ਜਦੋਂ ਫੌਤ ਹੋ ਗਿਆ ਇਕਲੌਤੀ ਔਲਾਸ ਆਈ ਉਹਦੀ ਮਾਂ ਕਿਹਾ ਹੁਣ ਅਸੀਂ ਜਿੱਥੇ ਜਿਉਂਦੇ ਨਹੀਂ ਰਹਿ ਮਰ ਕੇ ਤਾਂ ਰਹੀਏ ਆਪਣੇ ਪੁੱਤਰ ਗੁਲਜ਼ਾਰ ਨੂੰ ਮਹਿਲ ਦੇ ਅੰਦਰ ਦਫ਼ਨ ਕਰਵਾ ਦਿੱਤਾ ਉਹਦੇ 1 ਸਾਲ ਬਾਅਦ ਉਹਦੀ ਮਾਂ ਵੀ ਰੋਂਦੀ ਦੋਂਦੀ ਕਬਰ ਨੂੰ ਬੋਸੇ ਦਿੰਦੀ ਮਰ ਗਈ ਉਹਨੂੰ ਵਸੀਅਤ ਦੇ ਮੁਤਾਬਕ ਪੁੱਤਰ ਦੇ ਪਹਿਲੂ ਵਿੱਚ ਦਫ਼ਨ ਕੀਤਾ ਇਹ ਮਹਿਲ ਆਪਣੇ ਮਾਲਕਾਂ ਦਾ ਮਜ਼ਾਰ ਬਣ ਗਿਆ ਗੋਇਆ ਦਾ ਮੁਕੱਦਰ ਸੀ ਮਜ਼ਾਰ ਹੋਣਾ ਸੋ ਮਹਿਲ ਮਜ਼ਾਰ ਬਣਿਆ ਇਹਦਾ ਮਤਲਬ ਕਿ ਇੱਥੇ ਫਿਰ ਦੁਆ ਵੀ ਦੁਆਏ ਖੈਰ ਵੀ ਕਰਨੀ ਚਾਹੀਦੀ ਨਹੀਂ ਦੁਆ ਤੁਹਾਨੂੰ ਕੋਈ ਆਉਂਦੀ ਹੈ ਤੇ ਕਰ ਲਵੋ ਉਹ ਤਾਂ ਕੋਈ ਨਹੀਂ ਆ ਨਹੀਂ ਕਬਰ ਤੇ ਜਿਹੜੀ ਦੁਆ ਕਰੀਦੀ ਉਹ ਹੀ ਆ ਨਾ ਕਿਹੜੀ ਕਬਰ ਮੈਂ ਇਹ ਕਹਿਣਾ ਚਾਹੁੰਦਾ ਕਿ ਦੇਖੋ ਦੁਨੀਆ ਦੇ ਉੱਤੇ ਪੈਸਾ ਮਾਲ ਜਾਤ ਸਭ ਕੁਝ ਇੱਥੇ ਹੀ ਰਹਿ ਗਿਆ ਤੇ ਬੰਦੇ ਨੇ ਜਾਣ
ਨਹੀਂ ਅਸੀਂ ਤੇ ਇਹ ਇੱਥੇ ਤਾਂ 20 ਲੋਕ ਆਉਂਦੇ ਆ ਸਾਨੂੰ ਹੈ ਚੀਟ ਕਰਕੇ ਜਾਂਦੇ ਆ ਵੀ ਯੂਟਿਊਬ ਤੋਂ ਬਣਾਇਆ ਆਪਣਾ ਅਪਲੋਡ ਕੀਤੀ ਪੈਸੇ ਉਹ ਕਮਾਉਣ ਦੇ ਅਸੀਂ ਹਿਸਟਰੀ ਦੱਸਦੇ ਰਹੇ ਇਹ ਪੈਸਿਆਂ ਦਾ ਕੰਮ ਨਹੀਂ ਇਹ ਫੀਸ ਵੀ ਲੀਲਾ ਵਾ ਇਹ ਹੁੰਦੀ ਡਾਕੂਮੈਂਟਰੀ ਤੱਕ ਪਾਕਿਸਤਾਨ ਫੀਸ ਵੀ ਲੀਲਾ ਕਿ ਸੈਲਾਨੀ ਵਾਲੇ ਵੱਲੋਂ ਆਇਆ ਤੂੰ ਅਖਲੋਤਾ ਪੁੱਤਰ ਗੁਲਜ਼ਾਰ ਤੇ ਗੁਲਜ਼ਾਰ ਦੀ ਮਾਂ ਫਾਤਮਾ ਜਬ ਕੇ ਉਮਰ ਹਯਾਤ ਅੱਲਾਹ ਤਾਲਾ ਇਹਨਾਂ ਦੇ ਦਰਜਾਤ ਬੁਲੰਦ ਕਰੇ ਇਹ ਵੀ ਸਦਕਾ ਜਾ ਰਹੀ ਹੈ ਦੁਨੀਆਂ ਨੂੰ ਉਹ ਦੇਖੋ ਨਾ ਦੇਖੋ ਜਿਹੜੀ ਨਕਸ਼ਨਕਾਰੀ ਕੀਤੀ ਹੋਈ ਆ ਹਾਂਜੀ ਹੈ ਇਹ ਇਸ ਦੌਰ ਦਾ ਕੋਈ ਵੀ ਬੰਦਾ ਨਹੀਂ ਕਰ ਸਕਦਾ ਹੈਗਾ ਨਹੀਂ ਕਰ ਸਕਦਾ ਵੀ ਲੱਕੜੀ ਦਾ ਮਹਿਲ 5 ਮੰਜ਼ਿਲਾ ਬਣਾਉਣਾ ਕੋਈ ਇਹ ਕੋਈ ਆਮ ਗੱਲ ਨਹੀਂ ਹੈਗੀ ਇਹਦੇ ਉੱਤੇ ਜਿਹੜੀਆਂ ਸੀੜੀਆਂ ਜਾਂਦੀਆਂ ਜੀ ਉਹ ਵੀ ਮਤਲਬ ਖਸਤਾ ਹਾਲ ਦੀਆਂ ਹੋ ਗਈਆਂ ਸੀ ਮਜ਼ਬੂਤ ਨੇ ਉਹ ਮੰਜ਼ਿਲਾ ਕਾਰਾਮਦ ਨੇ 3 ਮੰਜ਼ਿਲ ਵਿਰਾਨੇ ਮੁਰੰਮਤ ਤਲਬੇ ਅੱਛਾ ਅੱਛਾ ਅਸੀਂ 2 ਮੰਜ਼ਿਲਾ ਤੇ ਇੱਥੇ ਆਪਣਾ ਕੋਈ ਜਿੰਨ ਭੂਤ ਦਾ ਕਹਿੰਦੇ ਬੜਾ ਇੱਕ ਸਿਸਟਮ ਸੀਗਾ ਦੇਖੋ ਜੀ ਇਹ 2 ਸਿਫਾਤ ਦੇ ਹਮਲ ਹੁੰਦੇ ਨੇ ਕਹਿੰਦੇ ਇਨਸਾਨ ਇਹਦੇ ਵਿੱਚ ਰਾਤ ਨਹੀਂ ਰਹਿ ਸਕਦਾ ਜਿੱਥੇ ਇੱਕ ਪਹਿਲੀ ਗੱਲ ਮੈਂ ਕਿਹਾ ਜਿੱਥੇ ਇਹ ਸੁੱਤੇ ਨੇ ਬੰਦਾ ਨਹੀਂ ਰਹਿ ਸਕਦਾ ਯਾਰ ਤੇਰਾ ਇੱਥੇ ਘੂਰੇ ਰਿਸ਼ਤੇਦਾਰ ਨਹੀਂ ਹੈਗਾ ਤੂੰ ਜ਼ਰੂਰ ਉਹਦੇ ਰਾਤ ਕੱਟਣੀ ਤੂੰ ਕਿਤੇ ਹੋਰ ਹੋਟਲ 'ਚ ਲੈ ਲਈ ਕਮਰਾ ਉਹ ਤਾਰੀਖ ਹੁੰਦੀ ਹੈ ਇਹਨੂੰ ਦੇਖਣਾ ਚਾਹੀਦਾ ਵਾ ਜਿੰਨ ਭੂਤ ਉਹ ਕਹਿ ਰਹੇ ਨੇ ਕਿ ਜਿੱਥੇ ਅੱਲਾਹ ਦਾ ਨਾਂ ਆ ਜਾਏ ਉੱਥੇ ਜਿੰਨ ਭੂਤ ਕਿੱਥੇ ਰਹਿਣਾ ਹਾਂ ਇਹ ਦੋ ਜਿੱਥੇ ਇਤਨੇ ਇਨਸਾਨ ਆ ਜਾਣ ਐਸੀ ਚੀਜ਼ਾਂ ਚੱਲੀਆਂ ਜਾਂਦੀਆਂ ਨੇ ਫਿਰ ਇਹ 2 ਸਿਫਾਤ ਦੇ ਹਮਲ ਇਨਸਾਨ ਕੋਲੋਂ ਨਫ਼ਰਤ ਇੱਕ ਨੇਕ ਔਰ ਦੂਸਰੇ ਸ਼ੈਤਾਨ ਸਿਫਾਤ ਜੇ ਹੈ ਨੇ ਤਾਂ ਫਿਰ ਨੇਕ ਹੈ ਨੇ ਉਹ ਜਿਹੜੇ ਸਾਡੇ ਨਾਲ ਨਾਲ ਨੇ ਜਿੱਥੇ ਨੇਕ ਇਨਸਾਨ ਨੇ ਨਾ ਉੱਥੇ ਜਿੰਨ ਭੂਤ ਆ ਜਿੱਥੇ ਸ਼ੈਤਾਨੀਅਤ ਆ ਇਨਸਾਨ ਵੀ ਸ਼ੈਤਾਨ ਹੀ ਆ ਜਦੋਂ ਉਹ 'ਚ ਸ਼ੈਤਾਨ ਆ ਜਾਂਦਾ ਸ਼ੈਤਾਨ ਹੋਏਗਾ ਸਾਨੂੰ ਕਹਿੰਦੇ ਕਹੀਏ ਮੈਂ ਇੱਕ ਗੱਲ ਕਰਦਾ ਜਦੋਂ ਇਨਸਾਨ 'ਚ ਸ਼ੈਤਾਨ ਆਉਂਦਾ ਹੈ ਨਾ ਤਾਂ ਉਹ ਕਹਿੰਦਾ ਸ਼ੈਤਾਨ ਨੇ ਮੈਨੂੰ ਇਹ ਕੰਮ 'ਤੇ ਮਜਬੂਰ ਕੀਤਾ ਵੀ ਇਹ ਕਰ ਸ਼ੈਤਾਨ ਦੇ ਵਰਗਲਾਏ ਵਿੱਚ ਆ ਜਾਂਦਾ ਹਾਂਜੀ ਹਾਂਜੀ ਤੁਸੀਂ ਇਹ ਦੇਖੋ ਵੀ ਤੁਸੀਂ ਵੀਡ ਕਰਨ ਆਏ ਹੋਏ ਹੋ ਆ ਤੁਸੀਂ ਕਵਰਾਂ ਦੇਖ ਲਈਆਂ ਹਾਂਜੀ ਤੇ ਬਸ ਇਹੀ ਦੇਖਣਾ ਸੀ ਹੁਣ ਤੁਸੀਂ ਜਾਓ ਨਹੀਂ ਨਹੀਂ ਮਹਿਲ ਦੇਖਣਾ ਵਾ ਇਹ ਤੇ ਅਸੀਂ ਇਹਦੀ 5 ਮੰਜ਼ਿਲਾ ਮਹਿਲ ਦੀ ਮੁਕੰਮਲ ਤਸਵੀਰ ਦੇਖਨੇ ਵਾ ਅੱਛਾ ਜੀ ਉਹ ਕਿੰਨੇ ਲੱਗੇ 3 ਮੰਜ਼ਿਲਾ ਰਹਿ ਗਏ ਇਹਦੀਆਂ 2 ਮੰਜ਼ਿਲਾ 1974 ਵਿੱਚ ਖਤਰੇ ਪਾਰੂ ਗਰਾ ਦਿੱਤੀਆਂ ਗਈਆਂ ਇਹਦਾ ਕੋਈ ਸਟ੍ਰਕਚਰ ਹੁਕੂਮਤ ਦੇ ਸਮਾਨ ਹੈ ਹਾਂਜੀ ਇਹਦਾ ਅਸੀਂ ਮੁਕੰਮਲ ਤਸਵੀਰ ਦੇਖਨੇ ਸਟ੍ਰਕਚਰ ਹੈ ਤਾਂ ਬਣਿਆ ਪਿਆ ਜੀ ਹਾਂ ਉਹ ਦਿਖਾ ਦਿਓ ਯਾਰ ਵੱਡੀ ਗੱਲ ਆ ਤੂੰ ਸਟ੍ਰਕਚਰ ਹੀ ਕਹਿ ਤਾਂ ਹੈ ਉਹ ਹੁਣ ਅਸੀਂ ਮੁਕੰਮਲ ਮਹਿਲ ਦੀ ਤਸਵੀਰ ਦੇਖਨੇ ਮੈਂ ਆਓ ਜੀ ਇਹ ਦੇਣਾ ਜੀ ਇਹ ਸਾਡੇ ਸਾਹਮਣੇ ਇਹ ਗੁਲਜ਼ਾਰ ਮੰਜ਼ਿਲ ਲਿਖਿਆ ਜੀ ਉਮਰ ਹਯਾਤ ਦਾ ਪੁੱਤਰ ਸੀ ਇਸ ਲਈ ਇਸ ਇਮਾਰਤ ਦਾ ਦੂਜਾ ਨਾਮ ਗੁਲਜ਼ਾਰ ਮੰਜ਼ਿਲ ਹੈ ਵਾਹ ਵਾਹ ਇਹ 1972 ਵੇ ਲਈ ਤਸਵੀਰ ਵੇ ਜਦੋਂ ਮਹਿਲ ਕੰਪਲੀਟ ਸੀ ਹੁਣ ਇਹ ਇਸ ਹੱਦ ਤੱਕ ਰਹਿ ਗਿਆ ਜੀ ਇਹਦੇ ਉੱਪਰ ਦੇ 2 ਕਮਰੇ ਇਹ ਦਰਮਿਆਨੀ ਪੁੱਲ ਅਤੇ ਇਹ ਪਾਲਕੀ ਇਹ ਮਹਿਲ ਦਾ ਤਾਜ ਸੀ ਜਦੋਂ ਹੈ ਸੀ ਲੋਕ ਇਸ ਪਾਲਕੀ 'ਤੇ ਜਾ ਕੇ ਉੱਤੇ ਵੇਖੋਗੇ ਸ਼ਹਿਰ ਦੀਆਂ ਪਹਾੜੀਆਂ ਦੇ ਪਾਰ ਦਰਿਆਏ ਚਨਾਬ ਦੇਖਿਆ ਜਾ ਸਕਦਾ ਸੀ ਇਹ ਗਿਰਾਇਆ ਅਤੇ ਬਰਬਾਦ ਹੋਇਆ ਨਾ ਗਿਰਦਾ ਅਤੇ ਸਜਾਵਟ ਕਾਇਮ ਰਹਿੰਦੀ ਉਮਰ ਹਯਾਤ ਥੋੜ੍ਹੀ ਸ਼ਾਹਾਨਾ ਮਿਜ਼ਾਜ ਦੇ ਸਨ ਉਹ ਬਾਅਦ ਅੱਜ ਦੁਪਹਿਰ ਜਿਹੜੇ 5 ਸਾਲ ਜ਼ਿੰਦਾ ਜਿੰਦੇ ਰਹੇ ਇੱਥੇ ਉਹ ਬਹਿ ਕੇ ਚਾਏ ਪੀਂਦੇ ਸਨ ਚਾਏ ਨੋਸ਼ੀ ਕਰਦੇ ਸਨ ਇਹ ਜਿਹੜੀ ਬਹਿ ਕੇ ਆ ਦੇਖੋ ਆਹ ਜਿਹੜੀ ਪਾਲਕੀ ਹੁੰਦੀ ਸੀ ਨਾ ਜੀ ਮੈਂ ਤੁਹਾਨੂੰ ਦੱਸਦਾ ਵੀ ਆਹ ਜਿਹੜੀ ਪਾਲਕੀ ਸੀ ਨਾ ਪਹਾੜੀਆਂ ਹਾਂ ਪਹਾੜੀਆਂ ਸੀ ਉਹ ਦਰਿਆ ਦਾ ਨਜ਼ਾਰਾ ਕਰਦਾ ਸੀ ਤੇ ਚਾਹ ਪਾਣੀ ਵੀ ਉੱਥੇ ਮੰਗਾ ਕੇ ਪੀਂਦਾ ਸੀ ਹੁਣ ਆਹ ਜਿਹੜੀਆਂ ਉਤਲੀਆਂ 2 ਮੰਜ਼ਿਲਾਂ ਨਾ ਰੋਟੀ ਕਿੱਥੇ ਖਾਂਦਾ ਜੀ ਰੋਟੀ ਥੱਲੇ ਆ ਕੇ ਖਾਂਦਾ ਸੀ ਉਹਨੂੰ ਐਡੀ ਦੋਰੀ ਉੱਤੇ ਕਿੱਥੇ ਲੈ ਜਾਵੇ ਰੋਟੀ ਉਹ ਨਹੀਂ ਹੁੰਦਾ ਹੀ ਹੈ ਨਾ ਮਤਲਬ ਕਿ ਡਿਨਰ ਕਿੱਥੇ ਕਰਦਾ ਸੀ ਐਡਾ ਵੱਡਾ ਉਦੋਂ ਕਦੋਂ ਡਿਨਰ ਹੁੰਦਾ ਸੀ ਵੀ ਹਾਂ ਕਿਹੜੀ ਗੱਲ ਹੋਈ ਉਹ ਡਿਨਰ ਇੱਕ ਮਤਲਬ ਰਾਤ ਦੀ ਰੋਟੀ ਦਾ ਨਾਂ ਡਿਨਰ ਆ ਉਹ ਰਾਤ ਦੀ ਰੋਟੀ ਦਾ ਤਾਂ ਹੁੰਦਾ ਵਾ ਹੁਣ ਪਤਾ ਨਹੀਂ ਉਹ ਕਿਹੜੇ ਵੇਲੇ ਰਾਤ ਦੀ ਰੋਟੀ ਬ੍ਰੇਕਫਾਸਟ ਕਿੱਥੇ ਕਰਦਾ ਸੀ ਬ੍ਰੇਕਫਾਸਟ ਪੀਸੀ 'ਚ ਕਰਦਾ ਸੀ ਵੀ ਇੱਥੇ ਆਪਣੇ ਮਹਿਲ 'ਚ ਹੀ ਕਰਨਾ ਉਹਨੇ ਹੋਰ ਕਿੱਥੇ ਕਰਨਾ ਅਤੇ ਲੰਚ ਕਿੱਥੇ ਕਰਦਾ ਸੀ ਉਹ ਭਾਈ ਸਾਰੇ 5 ਮਹਿਲ ਸੀ ਉਹਦੇ ਜਿੱਥੇ ਮਰਜ਼ੀ ਕਰੇ ਮਹਿਲ ਉਹਦਾ ਆਪਣਾ ਸੀ ਉਹ ਕਿਹੜਾ ਕਿਸੇ ਦੇ ਪੇ ਦਾ ਵੀ ਉਹਨੂੰ ਡੱਕਣਾ ਸੀ ਕਿਸੇ ਨੇ ਕਿੰਨੀਆਂ ਮੰਜ਼ਿਲਾਂ ਇਹਦੀਆਂ ਇਹ 5 ਮੰਜ਼ਿਲਾਂ ਸੀ ਹੁਣ 2 ਜਿਹੜੀਆਂ ਸੀ ਨਾ ਉੱਤੇ ਹੋ ਗਈਆਂ ਖਸਤਾ ਯਾਨੀ ਕਿ ਨਾਕਸ ਹੋ ਗਈਆਂ ਵੀ ਗੌਰਮੈਂਟ ਨੇ ਉਹਨੂੰ ਨਾ ਸਿੱਟਤਾ ਇਹ ਹੁਣ ਠੀਕ ਹੋ ਨਹੀਂ ਸਕਦੀਆਂ ਅਗਰ ਗੌਰਮੈਂਟ ਚਾਹੇ ਠੀਕ ਨਹੀਂ ਹੋ ਸਕਦੀਆਂ ਹੈਪੇਟਾਈਟਿਸ ਸੀ ਆ ਉਹਨਾਂ ਨੂੰ ਠੀਕ ਨਹੀਂ ਹੋ ਸਕਦੀ ਇਹੋ ਜਿਹੜੀਆਂ ਕਹਿੰਦੇ ਨੇ ਬੜੀਆਂ ਔਖੀਆਂ ਮੰਜ਼ਿਲਾਂ 3 ਮੰਜ਼ਿਲਾਂ ਨਹੀਂ ਮੈਂ ਕਹਿੰਦਾ ਕਿ ਅਗਰ ਇਹਦੀ ਰਿਪੇਅਰਿੰਗ ਹੋ ਜਾਵੇ ਕੋਈ ਅੱਛੇ ਅੱਛੇ ਕਾਰੀਗਰ ਕੋਈ ਇੰਜੀਨੀਅਰ ਯਾਰ ਕਮਿਸ਼ਨਰ ਸਾਹਿਬ ਨੇ ਬਹੁਤ ਕੰਮ ਕਰਵਾਇਆ ਵਾ ਉਹਨਾਂ ਨੇ ਇਹ ਬਕਾਇਆ ਰਿਪੇਅਰ ਕਰਾਈ ਹੈ ਨਹੀਂ ਇਹ ਸਾਡਾ ਅਹਿਸਾਸਾ ਵਾ ਇਹਨੂੰ ਜ਼ਿੰਦਾ ਰਹਿਣਾ ਚਾਹੀਦਾ ਹੈ ਤੁਸੀਂ ਤੁਹਾਨੂੰ ਵੀ ਜ਼ਿੰਦਾ ਰਹਿਣਾ ਚਾਹੀਦਾ ਕੋਈ ਸਾਲ ਕੁ ਦੱਸਣ ਵਾਲਾ ਭਾਵੇਂ ਰਵੇ ਨਾ ਰਵੇ ਇਹਨੂੰ ਜ਼ਿੰਦਾ ਰਹਿਣਾ ਚਾਹੀਦਾ ਜ਼ਿੰਦਾ ਰਹਿਣਾ ਚਾਹੀਦਾ
आओ जी तुसी ना अपना होर को अगे सानू कोई अगे थोनू लैके जाने जी। लो जी जदों हुण असां इस महल की मुकम्मल तस्वीर देखी आओ इहदे तहखाने तहखाने समेत कह लो 6 मंजिला सी। अच्छा जी असीं तहखाने तो उत्तों खड़े नज़ारा करने वा। लो जी इह शहर दी लाइब्रेरी भी है। वाह वाह किताबां नू देखो मैं इत्थे खड़े तहखाना देखना। तहखाना में जी यह ठंडक में रहने कमरा सी जंग दे जमाने में छुपन दी जगह सी चांदी दे सिक्के बोरियां तिजोरियां में या जंग दे जमाने में छुपन लई एक शेल्टर सी दूसरा उस तोड़ेदार बंदूकां सन एक बैंकर भी सी उदों असला रखन दी भी यानी कि उहदा स्टोर सीगा। मैं कहना भी इहदे ना विच जिहड़ा उहनूं ना गेमां दा भी शौक सी। नुसर साहब ने गाना भी तां गाया ना तहखाने की हो गया तेन दिमाग खराब हो गया हर किस्म दी बुक हुंदी है ना सारियां बुक हुण उमर हयात ही पईयां वा। इस महल दे 14 मरले ते 5 मंजिला बने या 3 मंजिला बाकी रह जाण वाले महल दे 15 कमरे ने। तुसां जिस कमरे विच जाओगे छत दा डिजाइन अलग चेंज हैगा चेंज है। वाह वाह एक छत ऐसी भी है जिथे उसने अपना खूबसूरत अंदाज में नाम भी लिखा है। इन्नी डिजाइनिंग चेंज की है बंदा भी चेंज करो इन पता ही नहीं किसी गल पता भाई मैं थोड़ा दसदा भी उमर हयात ना नहीं तो टीवी भी उमर हयात साहब वो भाई ये 1990 च रखा वा पैनासोनिक का VCR इतने भी मतलब सुल्तान ही फिल्म उमर हयात देखता रहा उमर हयात रखा भाई उमर हयात दया कोई जुत्तियां कोई कपड़े पे जुत्तियां तेन वैसे पै जानी इतने हाँ गल कर होंगे पुराना जरा भाई इतने तजूरियां रखते पैसा रखते गन्ना रखते पिस्तौल भी गेमां दा भी शौक सी ਉਹ ਸਨੋਕਰ ਵੀ ਇੱਥੇ ਨਾ ਥੱਲੇ ਰੱਖ ਕੇ ਉਮਰ ਹਯਾਤ ਉਦੋਂ ਖੇਲਦਾ ਸੀ ਨਹੀਂ ਉਦੋਂ ਸਨੋਕਰ ਹੁੰਦੀ ਨਹੀਂ ਸੀ ਉਹ ਲਖਨਊ ਜਾਂਦੇ ਸੀ ਬਿਜ਼ਨਸ ਕਰਨ ਲਖਨਊ ਜੀ ਹਾਂਜੀ ਕਲਕੱਤਾ ਕਲਕੱਤਾ ਦੇ ਵਿੱਚ ਬਿਜ਼ਨਸ ਹੁੰਦਾ ਫਿਰ ਇੱਥੇ ਆਏ ਨਾ ਨਹੀਂ ਉਮਰ ਹਯਾਤ ਸਾਹਿਬ ਦੇ ਨਾਲ ਸਾਹਿਬ ਆ ਪੱਖਾ ਵੀ ਉਹਨਾਂ ਦਾ ਭਾਜੀ ਪੱਖਾ ਉਹ ਪੱਖਾ ਹੋਣਾ ਭਾਈ ਕੀ ਹੋ ਗਿਆ ਤੈਨੂੰ ਇਹ ਤਾਂ ਆ ਹੁਣ ਗਵਾਂਢੀਆਂ ਦਾ ਤੁਹਾਡੇ ਕਰਕੇ ਮੰਗਾਇਆ ਵਾ ਮੈਂ ਕਹਿੰਦਾ ਵੀ ਖਾਲਾ ਜਿਹੜਾ ਪੱਖਾ ਦੇ ਮਹਿਮਾਨ ਆਏ ਉਹ ਉਮਰ ਹਯਾਤ ਛੱਡ ਗਿਆ ਪੱਖਾ ਇੱਥੇ ਨਹੀਂ ਇੱਥੇ ਬੜੇ ਬੜੇ ਗੋਰੇ ਆਉਂਦੇ ਆ ਇਹਨਾਂ ਦੀ ਤਹਿਕੀਕਾਤ ਕਰਨ ਮੈਂ ਵੀ ਗੋਰਾ ਹੀ ਹਾਂ ਮੈਂ ਮਸਲਨ ਕੀ ਮੈਂ ਤਾਂ ਗੋਰਾ ਹੀ ਹਾਂ ਲੇਕਿਨ ਹੋਰ ਅੱਗੇ ਚੱਲੋ। ਅੱਛਾ ਜੀ ਇਹਨੂੰ ਲਾ ਲਓ ਹੁਣ ਕਿ ਹੱਥ ਹੀ ਫੜੀ ਰੱਖਣਾ ਹੈ ਨਹੀਂ ਹੁਣ ਮੈਂ ਲਾ ਲੈਂਦਾ ਮੈਂ ਆਪਣੇ ਸੀਨੀਅਰ ਦਾ ਕਰਕੇ ਨਾ ਮੈਂ ਕਹਿੰਦਾ ਸੀ ਵੀ ਉਹਨਾਂ ਦੀ ਗੱਲ ਕੋਈ ਹੈ ਨਾ ਹੋਈ ਸਾਨੂੰ ਕਿਹੜੇ ਪਾਸੇ ਲੈ ਕੇ ਜਾਣਾ ਹੁਣ ਤੁਹਾਨੂੰ ਨਾ ਸੁਨਹਿਰੀ ਕਮਰਾ ਦਿਖਾਵਾਂਗੇ ਜਿਹੜਾ ਨਾ ਸੁਨਹਿਰੀ ਕੰਮ ਹੋਇਆ ਉਹਦੇ 'ਚ ਗੋਲਡ ਦਾ ਹਾਂ ਗੋਲਡ ਦਾ ਨਹੀਂ ਗੋਲਡਨ ਸੁਨਹਿਰੀ ਕਮਰਾ ਜਿਹੜਾ ਉਮਰ ਹਯਾਤ ਨੇ ਆ ਬੜੇ ਸ਼ੌਕ ਨਾਲ ਬਣਵਾਇਆ। ਉਮਰ ਹਯਾਤ ਦਾ ਕਿਹੜਾ ਕਮਰਾ ਉੱਥੇ ਚੱਲੀਏ ਯਾਰ ਤੂੰ ਤਾਸ਼ ਖੇਡਣੀ ਹੈ ਉਰੇ ਜਾ ਕਿ ਭਈ ਇੱਥੇ ਤੂੰ ਤੈਨੂੰ ਜਿਹੜੀ ਸ਼ਾਇਦ ਦਿਖਾਈ ਜਾਂਦੇ ਆ ਦੇਖੀ ਜਾ ਜਿਨ੍ਹਾਂ ਨੂੰ ਅੱਲਾ ਨੇ ਦਿੱਤਾ ਵਾ ਉਹਨਾਂ ਦੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਦੇਖੋ ਉਹਨਾਂ ਦਾ ਕਮਰਾ ਵੀ ਸਾਜੀ ਠੰਡਾ ਉੱਥੇ ਹੀ ਚੱਲਦੇ ਇੱਥੇ ਗਰਮੀ ਹੈ। ਆ ਤੁਹਾਨੂੰ ਹੁਣ ਨਾ ਅਸੀਂ ਉੱਥੇ ਵਿਜ਼ਿਟ ਕਰਾਉਂਦੇ ਹਾਂ ਜਿੱਥੇ ਉਮਰ ਹਯਾਤ ਸਾਹਿਬ ਜਿਹੜੇ ਨਾ ਉਹਨਾਂ ਦੇ ਬਰਤਨ ਸੀ ਜਿਨ੍ਹਾਂ ਦਾ ਇਸਤੇਮਾਲ ਕਰਦੇ ਸੀ ਉਹ ਚੀਜ਼ਾਂ ਤੁਹਾਨੂੰ ਐਂਟੀਕ ਤੇਰੇ ਅੱਗੇ ਮੂੰਹੋਂ ਨਿਕਲਿਆ ਵਾ ਅਤੇ ਉਹ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਅਤੇ ਬਰਤਨਾਂ ਨੂੰ ਤੁਸੀਂ ਹੱਥ ਨਹੀਂ ਲਾਉਣਾ। ਖਾ ਨੀ ਰਹੇ ਸਾਡਾ ਵਾ ਅਸੀਂ ਆ ਗਾਰਡ ਅਸੀਂ ਤਾਂ ਆਪਣੀ ਸੈਲਰੀ ਲੈਣੀ ਆ ਤੁਹਾਨੂੰ ਗਾਈਡ ਕਰਨਾ ਗਾਈਡ ਹੋ ਜਾਂ ਗਾਰਡ ਰੱਖੀ ਨਹੀਂ ਗਾਈਡ ਹਾਂ ਅਸੀਂ ਇਹ ਮੈਨੂੰ ਕੋਲੇ ਵਾਲੀ ਲੈਨ ਗੱਡੀ ਤਾਂ ਲੱਗਣ ਡਿਆ ਜੀ। ਅੱਛਾ ਚਲੋ ਅੱਗੇ ਚਲੋ ਉਹ ਅੱਗੇ ਚਲੋ ਤੂੰ ਮੈਨੂੰ ਧੱਕਦਾ ਕਾਹਤੇ ਆ ਵੀ ਮੈਂ ਆਪ ਤੁਹਾਨੂੰ ਮੈਂ ਵਿਜ਼ਿਟ ਕਰਾਉਣਾ ਤੂੰ ਮੈਨੂੰ ਹੀ ਅੱਗੇ ਕਰੀ ਜਾਂਦਾ ਵੀ ਐਂ ਨੂੰ ਟਾਈਮ ਜ਼ਾਇਆ ਕਰ ਰਹੇ ਹੋ ਨਾ ਕੂਲਰ ਭੁੱਖ ਲੋ ਗਿਆ ਤੁਸੀਂ ਤੇਰਾ ਵੈਸੇ ਟਾਈਮ ਆਇਆ ਹੋਇਆ ਜਿੱਦਾਂ ਤੇਰੀ ਸਿਹਤ ਦਾ ਹਿਸਾਬ ਆ ਦਿਖਾਓ ਦਿਖਾਓ ਭਾਵੇਂ ਆਇਓ ਤੁਹਾਨੂੰ ਹੁਣ ਭਾਂਡੇ ਬਰਤਨ ਦਿਖਾਉਂਦੇ ਹਾਂ ਆਪਣੇ ਵੀ ਦਿਖਾਓ ਤੇ ਉਹਨਾਂ ਦੇ ਵੀ ਦਿਖਾਓ ਨਹੀਂ ਆਪਣੇ ਇਹਦੇ ਕਿੱਥੇ ਇਹਨੂੰ ਤਾਂ ਕਿਤੇ ਦਿੰਦਾ ਹੀ ਨਹੀਂ ਹੋਣਾ ਕੋਈ ਆਪ ਤਾਂ ਮੇਰਾ ਦਿਲ ਕਰ ਗਿਆ ਅਖਬਾਰ 'ਚ ਪਾ ਕੇ ਚੌਲ ਦੇ ਦਿੰਦੇ ਹੁਣ ਆਹ ਦੇਖੋ ਜੀ ਆਹ ਦੇਖੋ ਜੀ ਆਹ ਚਾਕਰਦਾਨ ਕਹਿੰਦੇ ਆ ਇਹਨੂੰ ਆਹ ਜਿਹੜਾ ਪਿਆਲਾ ਹੁੰਦਾ ਸੀ ਇਹ ਉਹ ਪਿਆਲਾ ਚਾਂਦੀ ਦਾ ਜੀ ਚਾਂਦੀ ਦਾ ਉਹ ਨਹੀਂ ਚਾਂਦੀ ਦਾ ਨਹੀਂ ਦਹਾਤ ਹੁੰਦੀ ਆ ਕਾਂਸੀ ਦਾ ਹੋਣਾ ਕਾਂਸੀ ਦਾ ਤੇ ਕਾਂਸੀ ਕੀ ਰਾਣੀ ਫਿਲਮ ਦੇਖੀ ਤੁਸੀਂ ਉਹਨੇ ਕਾਂਸੀ ਕੀ ਰਾਣੀ ਦੇਖੀ ਹੈ ਜੋ ਸਾਰੀ ਖੰਗ ਖੰਗੀ ਇਹਨਾਂ ਨੂੰ ਤਾਂਬਾ ਨਹੀਂ ਹੁੰਦਾ ਤਾਂਬੇ ਪਹਿਲੇ ਲੋਕ ਇਹਨਾਂ ਬਰਤਨਾਂ 'ਚ ਖਾਂਦੇ ਸੀ ਆਹ ਚਾਕਰਦਾਨ ਆ ਅਤੇ ਜਾਮ ਕਹਿੰਦੇ ਆ ਅਤੇ ਲੋਟ ਵੀ ਕਹਿੰਦੇ ਆ ਇਹਨੂੰ ਇਹਨਾਂ ਦੇ ਵਿੱਚ ਉਹ ਆਪਣੇ ਖਾਣ ਪੀਣ ਦੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਸੀ। ਅੱਛਾ ਅੱਜ ਲੋਕ ਛੱਡ ਗਏ ਆ ਸਟੀਲ ਚੱਲ ਪਿਆ ਪਤਾ ਨਹੀਂ ਕਿਸਿਲਵਰ ਚੱਲ ਪਿਆ ਕੀ ਉਹਨਾਂ ਦੇ ਬੋਰਚੀ ਵੀ ਬਹੁਤ ਹੋਣਗੇ ਨਵਾਬ ਲੋਕ ਸਨ। ਦੇਖੋ ਜੀ 5 ਮੰਜ਼ਿਲਾ ਉਹਨਾਂ ਦਾ ਮਹਿਲ ਸੀ ਅਤੇ ਬਰਤਨ ਆਹ ਹੀ ਸੀ ਉਹ ਬਰਤਨ ਹੋਰ ਵੀ ਹੈਗੇ ਆ ਵੀ ਤੂੰ ਸਾਰਾ ਟੱਬਰ ਲਿਆਉਣਾ ਵੀ ਜਿਹੜੇ ਤੈਨੂੰ ਐਡੇ ਭਾਂਡਿਆਂ ਦੀ ਥੋੜ੍ਹ ਹੋਈ ਅਤੇ ਬਾਕੀ ਬਰਤਨ ਕਲੀ ਕਰਨੇ ਦਿੱਤੇ ਆ ਵੀ
ਆਹ ਦੇਖੋ ਵੀ ਆਹ ਇੱਕ ਥਾਲ ਪਿਆ ਵੀ ਕੈਮਰੇਮੈਨ ਮੇਰਾ ਜੇ ਸਾਥ ਦੇਵੇ ਇਹ ਥਾਲ ਉਹੀ ਨਹੀਂ ਜਿਹਦੇ ਚ ਮਹਿੰਦੀ ਲੈ ਕੇ ਜਾਂਦੇ ਉਹ ਥਾਲ ਤੇ ਨਹੀਂ ਉਹ ਜਿਹੜਾ ਕੁੜੀਆਂ ਨੂੰ ਚੁੱਕਿਆ ਹੁੰਦਾ ਵੇਖ ਮੈਂ ਮਹਿੰਦੀ ਲੈ ਕੇ ਫਿਲਮ ਵਾਲਿਆਂ ਨੇ ਤੇ ਉਮਰ ਹਯਾਤ ਜਿਹੜੇ ਆਪਣੇ ਉਹਨਾਂ ਦੀ ਜ਼ਾਤੀ ਬਰਤਨ ਸੀ ਆਹ ਦੇਖੋ ਇੱਥੇ ਹਾਰਟ ਚਮਚ